ਯਾਰ ਕਿੱਥੇ ਲੈ ਕੇ ਆ ਗਈਆਂ ਤੂੰ ਮੈਨੂੰ? ਹਾਏ ਹਾਏ ਕਾਹਦੇ ਤੂੰ ਘਬਰਾਈ ਜਾਂਦਾ ਇਮਲੀ, ਇੱਥੇ ਹੀ ਮੇਰੀ ਸਹੇਲੀ ਆਈ ਸੀ ਆਪਣੇ ਰੋਲਾ ਮਕਾਣ ਵਾਸਤੇ, ਲੰਗੜੇ ਬਦਮਾਸ਼ ਦਾ ਡੇਰਾ ਇੱਥੇ, ਆ ਮੁੰਡੇ ਨੂੰ ਪੁੱਛੇ ਖੜਾ ਜ਼ਰਾ। ਤੂੰ ਸਹੇਲੀਆਂ ਨੇ ਡੇਰਿਆਂ ਤੇ ਆਉਂਦੀ ਰਹਿੰਦੀ ਹੈ? ਹਾਏ ਹਾਏ ਅਸਲਾਮ ਅਲੈਕਮ ਭਾਜੀ। ਵਾਲੇਕੁਮ ਸਲਾਮ ਭਾਜੀ। ਇੱਥੇ ਕੋਈ ਬਦਮਾਸ਼ ਹੈਗਾ ਵਾ? ਲੰਗੜਾ ਬਦਮਾਸ਼, ਲੰਗੜਾ ਲੰਗੜਾ ਇਹ ਡੇਰਾ ਪਾਇਣ ਦਾ, ਲੰਗੜੇ ਬਦਮਾਸ਼ ਇਹ ਡੇਰਾ ਇੱਧਰ ਹੀ। ਇਹ ਕਿੱਧਰ ਬੈਠਾ ਕਿੱਥੇ ਕਰਕੇ ਭਾਜੀ? ਉਹ ਅੱਗੇ ਆਪਣੇ ਡੰਗਰਾਂ ਕੋਲ ਬੈਠਾ ਹੋਣਾ, ਇੱਥੋਂ ਲੰਘਣਾ ਜੋ ਤੁਸੀਂ ਡੰਗਰਾਂ ਕੋਲ ਬੈਠਾ ਆਪਣੇ। ਚਲੋ ਮੈਨੂੰ ਵਿੱਚੋਂ ਡਰ ਲੱਗਣ ਡਿਆ। ਰਹਿਣ ਦੇ, ਚੱਲ 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 ਚੱਲ, ਪਲਾਟ ਨੀ ਚੜਾਉਣਾ, ਰਹਿਣ ਦੇ। ਤੇਰੇ ਕੋ ਹੁਣ ਗੱਡੀ ਨਹੀਂ ਚੱਲਦੀ ਪਈ ਸੀ, ਕੀ ਖੜਾ ਵਾ? ਉਹ ਲੰਗੜਾ ਬਦਮਾਸ਼ ਖੜਾ। ਉਹ ਜਿਹੜਾ ਹੈ ਲੰਗੜਾ ਉਹ ਕਿੱਦਾਂ ਖੜਾ? ਪੌੜੀ ਲਾ ਕੇ ਖੜਾ, ਪੌੜੀ ਲਾ ਕੇ ਗੁੱਡੀ ਉਡਾਉਣ ਡਿਆ ਉਹ। ਦੇਖ ਲਈ ਬੇਗਮ, ਮੈਨੂੰ ਲੱਗਦਾ ਅਸੀਂ ਜਗ੍ਹਾ ਛਡਾਉਣ ਦੇ ਚੱਕਰਾਂ ਜਗ੍ਹਾ ਮਰਵਾ ਨਾ ਲਈਏ। ਉਹ ਤੇ ਦਵੈਣਾ ਕੱਸਦਾ ਪਿਆ, ਕਿਤੇ ਸਾਨੂੰ ਹੀ ਨਾ ਕੱਸ ਦਵੇ। ਫੇਰ ਹੁਣ ਮੁੜ ਚਲੀਏ? ਨਹੀਂ ਨਹੀਂ, ਚੱਲ ਤੂੰ ਚੱਲ ਤੂੰ ਚੱਲ, ਦੇਖਦੇ ਹਾਂ ਗੱਲਬਾਤ ਕਰਨ ਦਾ ਕੀ ਆ। ਕਿੱਥੇ ਖੜਾ ਵਾ ਉਹ? ਖੜਾ ਉਹ ਕਿਕਰਾ ਪਿੱਛੇ, ਉਹ ਮਰੇ ਉਹ ਪਿੱਛੇ ਪੋਤਾ ਆ ਉਰੇ ਉਰੇ ਖੜਾ। ਦੇਖੀ ਭਲੀਏ ਹੈ ਟੈਕੇਦਾਰੀ ਆ ਜਾਂ ਐਵੇਂ? ਟੈਕੇਦਾਰੀ ਆ, ਬੜੇ ਕੰਮ ਕੀਤੇ ਇਹਨੇ ਲੰਗੜੇ। ਤੂੰ ਤਾਂ ਆਪਣੀ ਮਾਂ ਨਾਲ ਆਈ ਆ, ਹੁਣ ਤੇ ਤੇਰੇ ਨਾਲ ਆਈਆਂ ਨਾ ਮਰ ਅੱਗੇ। ਦੇਖੀ ਕਿਤੇ ਇਹ ਨਾ ਹੋਵੇ ਲੰਗੜਾ ਆਪ ਵੀ ਪਾਸ। ਅੱਗੇ ਹੋ ਇਮਲੀ, ਤੂੰ ਅੱਗੇ ਹੋ, ਮੈਂ ਅੱਗੇ ਹੋ, ਮੈਨੂੰ ਗੋਲੀ ਮਰਵਾਈ, ਤੂੰ ਅੱਗੇ ਹੋ ਤੂੰ ਸੋਹਣੀ ਸ਼ਾਇਦ ਰੁਕ ਜਾਏ। ਸਲਾਮ ਅਲੈਕਮ ਜੀ। ਵਾਲੇਕਮ ਸਲਾਮ। ਸਲਾਮ ਅਲੈਕਮ ਭਾ ਲੰਗੜੇ, ਇੱਧਰ ਆਇਆ ਜਵਾਨਾ। ਭਾਅ ਜੀ ਉਹ ਜਿਹੜੇ ਇੱਥੇ ਡੇਰੇ ਦੇ ਮਾਲਕ ਆ ਬਦਮਾਸ਼ ਭਾਅ ਜੀ, ਲੰਗੜਾ ਬਦਮਾਸ਼, ਉਹਨੂੰ ਮਿਲਣਾ। ਆ ਮੈਂ ਹੀ ਹਾਂ ਉਹ ਬਦਮਾਸ਼ ਜਿਹਦਾ ਤੁਸੀਂ ਪੁੱਛਦੇ ਪਏ ਹੋ। ਉਹ ਬੋਲੋ ਜਵਾਨੋ, ਕਿੱਧਰ ਆਏ ਹੋ? ਭਾਅ ਜੀ ਉਹ ਮਹੱਲੇ 'ਚ ਬੱਚੇ ਬੜੇ ਆ, ਖੁੱਤੀਆਂ ਕਢਾਉਣੀਆਂ ਤੁਹਾਡੇ ਕੋਲ। ਉਹ ਕਰ ਦਿਆਂਗੇ ਜੋ ਕਰਨਾ। ਓਏ ਅਸੀਂ ਤੇ ਬਦਮਾਸ਼ੀ ਦੇ ਪੈਸੇ ਲੈਣੇ ਸਾਡੇ ਕੋਲੋਂ, ਭਾਵੇਂ ਟੋਏ ਮਰਵਾ ਲਓ ਤੁਸੀਂ। ਓਏ ਸਾਡੇ ਖਾਨਦਾਨ ਨੇ ਤੇ ਹਰ ਜਗ੍ਹਾ ਲੱਤਾਂ ਫਸਾਈਆਂ ਹੋਈਆਂ ਨੇ। ਏਦਾਂ ਹੀ ਉਹ ਕੀ ਹੋਇਆ, ਤੁਸੀਂ ਕੰਮ ਕਰਾਉਣਾ, ਤੁਸੀਂ ਮੇਰੀ ਲੱਤ ਨੂੰ ਸਪਰਿੰਗ ਪਵਾਉਣਾ ਜੇ। ਮੈਂ ਕਿਹਾ ਭਾ ਲੰਗਣੇ ਨੂੰ ਜ਼ਰਾ ਮੰਜਾ ਤੇ ਸਾਈਡ ਤੇ ਕਰਾਵੇ। ਭਾਜੀ ਆ ਬੁਲਾਓ ਕਿਸੇ ਨੂੰ ਮੰਜਾ ਤਾਂ ਉਹਨੂੰ ਕਰਨ। ਓਏ ਅਸੀਂ ਆਪਣੇ ਕੰਮਾਂ ਵਾਸਤੇ ਕਿਸੇ ਨੂੰ ਨਹੀਂ ਬੁਲਾਇਆ। ਓਏ ਆਪ ਹੀ ਮੰਜਾ ਚੁੱਕਣ ਲੱਗਾ ਈ। ਇੱਥੇ ਬੈਠ ਜਵਾਨਾ, ਤੇਰੇ ਨਾਲ ਬਹਿ ਕੇ ਗੱਲ ਕਰਦੇ ਆ। ਆਓ ਬੈਠੋ। ਤੂੰ ਅੱਗੇ ਬਹਿ, ਮੈਨੂੰ ਡਰ ਲੱਗਦਾ ਇਹਦੇ ਕੋ। ਓਏ ਸਾਡੇ ਕੋਲੋਂ ਡਰੋ ਨਾ ਤੁਸੀਂ, ਤੁਸੀਂ ਸਾਡੇ ਕਸਟਮਰ ਜੇ। ਕਸਟਮਰ? ਜੈਸ ਦੇ ਦਫ਼ਤਰ ਆਇਆ ਕਸਟਮਰ ਕਹੀ ਜਾਂਦਾ? ਓ ਹੁਕਮ ਕਰ ਜਵਾਨਾ। ਭਾਜੀ ਮਸਲਾ ਤਾਂ ਬਹੁਤ ਵੱਡਾ ਵਾ। ਓ ਮਸਲਾ ਜਿੱਡਾ ਵੀ ਹੋਵੇ, ਸਾਡੇ ਸਾਹਮਣੇ ਇੰਨਾ ਕੀ ਹੋ ਜਾਂਦਾ ਏ? ਇੰਨਾ ਕਿ ਤੁਸੀਂ ਸਾਡੇ ਬਰਾਬਰਾਂ 'ਚ ਬਹਿ ਗਏ ਦਵਾ ਦਾ। ਕੀ ਹੋਇਆ ਭਾਜੀ? ਤੁਸੀਂ ਬਦਮਾਸ਼ ਸਾਹਮਣੇ ਆਣ ਕੇ ਗੱਲ ਕਰੋ, ਮੈਨੂੰ ਧੌਣ ਵਿੰਗੀ ਕਰਨੀ ਪੈਂਦੀ, ਉਦੋਂ ਤੁਹਾਡੀ ਲੱਤ ਵੀ ਵਿੰਗੀ ਨਾਲ ਟੱਚ ਹੋਣ ਡਈ ਆ। ਤੇ ਜੋ ਕਿਹੜਾ ਕਾਕਾ ਕਰੰਟ ਪੈ ਗਿਆ ਤੈਨੂੰ? ਓਏ ਵਿੰਗੀ ਆ ਫੇਰ ਕੀ ਹੋ ਗਿਆ? ਇਸ ਵਿੰਗੀ ਨਾਲ ਹੀ ਕਈ ਕੰਮ ਸਿੱਧੇ ਕੀਤੇ ਨੇ ਅਸੀਂ। ਉਹ ਫੇਰ ਵੀ ਤੂੰ ਆਪਣਾ ਮੰਜਾ ਡਾ ਜਵਾਨਾ, ਬਰਾਬਰਾਂ 'ਚ ਬੈਠਾ ਨਹੀਂ ਚੰਗਾ ਲੱਗਦਾ। ਆਪ ਹੀ ਕੰਮ ਕਰੀ ਜਾਂਦਾ ਆਪਣੇ ਸਾਰੇ। ਸਰਾਣਾ ਬਣੇ ਭੈਣ ਮੇਰੀਏ,
ਇਹ ਤਾਂ ਐਟਮਾ ਕਰਨ ਡਿਆ ਵਾ, ਮੰਜਾ ਲੈਣ ਗਿਆ ਆਪਣਾ। ਉਹ ਕਿੱਧਰ ਗਏ ਜੇ ਜਵਾਨੋ? ਭਾਜੀ ਲੱਤ ਦੇ ਨਾਲ ਨਾਲ ਅੱਖਾਂ ਵੀ ਜਾ ਪਈਆਂ, ਇੱਧਰ ਪਿੱਛੇ ਦੇਖੋ। ਉਹ ਮਾਫੀ ਚਾਹੁੰਦਾ ਭਾਈ, ਕਿੱਥੇ ਬਦਮਾਸ਼ ਤੂੰ ਲੈ ਆਈ ਆ ਮੈਨੂੰ? ਉਹ ਕੀ ਹੋ ਗਿਆ ਹੁਣ ਦੱਸੋ, ਕਿਹਨੇ ਸਿਰ ਦਾ ਬਿਆਨਾ ਦੇਣ ਆਏ ਜੇ? ਸਿਰ ਦਾ ਨੀ ਭਾਜੀ, ਏਦਾਂ ਹੀ ਲੱਤ ਦਾ ਹੀ ਦੇਣ ਆਏ ਆ। ਮੈਂ ਸਮਝਿਆ ਨੀ ਤੇਰੀ ਗੱਲ। ਐ ਜਿੱਦਾਂ ਦੀ ਤੁਹਾਡੀ ਲੱਤ ਨਾ, ਇੱਕ ਹੋਰ ਬਦਮਾਸ਼ ਹੈ ਇੱਦਾਂ ਦੀ, ਉਹਦੀ ਵੀ ਕਰਨੀ? ਓਏ ਫਿਕਰ ਹੀ ਨਾ ਕਰੋ, ਅਸੀਂ ਆਪਣੇ ਵਰਗਾ ਹੀ ਉਹਨੂੰ ਕਰਕੇ ਛੱਡਾਂਗੇ। ਨਹੀਂ ਨਹੀਂ, ਕੋਸ਼ਿਸ਼ ਕਰਨੀ ਉਹਦੀਆਂ ਦੋਵੇਂ ਲੈ ਜਾਣ, ਤੁਹਾਡੀ ਤਾਂ ਇੱਕ ਪਿੰਗੀ ਹੈ ਨਾ, ਉਹਦੀਆਂ ਦੋਵੇਂ ਲੈ ਜਾਣ। ਓ ਜਿੰਨੀਆਂ ਲੱਤਾਂ ਦਾ ਬਿਆਨਾ ਦੇਵੋਗੇ ਓਨੀਆਂ ਹੀ ਕਹਿ ਕਰ ਦਿਆਂਗੇ। ਭਾਜੀ ਬੰਦਾ ਕੋਈ ਨੀ ਰੱਖਿਆ ਡੇਰੇ ਤੇ ਤੁਸੀਂ? ਓ ਬੱਬਰ ਸ਼ੇਰ ਕੱਲਾ ਹੀ ਹੁੰਦਾ, ਓ ਬੰਦਿਆਂ ਦਾ ਕੰਮ ਤੇ ਡਰਪੋਕਾਂ ਨੂੰ ਪੈਂਦੇ ਨੇ। ਪਾ ਲੰਗੜੇ ਪਾਣੀ ਤੇ ਫੜ ਲਿਆਓ। ਓਏ ਦਾ ਮੂੰਹ ਘਰੋਂ ਧੋ ਕੇ ਲਿਆਣਾ ਸੀ ਬੀਬੀ। ਮੈਂ ਕਿਹਾ ਨਾ ਕੇ ਆਇਆ, ਮੇਰਾ ਦਿਲ ਘਬਰਾ ਰਿਹਾ ਤੇ ਮੈਂ ਪਾਣੀ ਪੀਣਾ ਸੀ। ਓ ਭੈਣ ਮੇਰੀਏ, ਹੁਣੇ ਲੈ ਹੁੰਨੇ ਪਾਣੀ। ਲੈ ਲੈ, ਇਹਨੇ ਅੱਧਾ ਤਾਂ ਡੋਲ ਲਿਆਉਣਾ ਵਾ। ਡੋਲ ਕੇ ਲਿਆਏਗਾ ਮੈਨੂੰ ਲੱਗ ਰਿਹਾ। ਸਾਰੇ ਕੰਮ ਆਪ ਹੀ ਕਰੀ ਜਾਂਦਾ, ਇਹ ਲੰਗੜਾ ਵੀ ਤੇ ਨਾਲ ਛਲੇਡਾ ਵੀ ਲੱਗਦਾ ਮੈਨੂੰ। ਇੱਡਾ ਵੱਡਾ ਡੇਰਾ ਇਹਦੇ ਸਿਰ ਤੇ ਛੱਡ ਗਿਆ, ਚੋਰ ਮੱਝਾਂ ਲੈ ਜਾਣੇ ਤੇ ਮਗਰ ਕੀ ਦਾ ਹੋਣਾ। ਓਏ ਆ ਗਿਆ ਆਰਡਰ, ਪੈਸੇ ਬਚਦੇ ਨੇ ਐਤਕੀ ਕਤਲ ਜਦੋਂ ਤੇਰੀ ਬੋਕੀ ਵੀ ਪਵਾਉਂਦਾ ਮੈਂ। ਆ ਭੈਣ ਮੇਰੀਏ, ਪਾਣੀ ਤੈਨੂੰ ਰਾਹ ਚੋਂ ਪਿਲਾ ਦਾਂਗੇ। ਰਾਹ ਚ ਕਿੱਥੇ? ਅਸੀਂ ਤੁਹਾਨੂੰ ਕਿੱਥੇ ਲਿਜਾਣਾ ਭਾਜੀ, ਅਸੀਂ ਤੁਹਾਡੇ ਕੋਲ ਆਏ ਆ। ਤੇ ਪਾਣੀ ਵੀ ਨਹੀਂ ਲੱਭਾ। ਓ ਮੇਰੇ ਕੋਲ ਆਏ ਜੇ ਤੇ ਫੇਰ ਕੀ ਹੋਇਆ? ਓ ਜਿਸ ਬੰਦੇ ਦੇ ਸਿਰ ਦਾ ਬਿਆਨਾ ਦੇਣ ਆਏ ਜੇ, ਉਹਦੇ ਕੋਲ ਤੇ ਤੁਰ ਕੇ ਹੀ ਜਾਣਾ ਪੈਣਾ ਸਾਨੂੰ। ਯਾਰ ਭਾਜੀ ਬੜਾ ਅੰਦਾਜ਼ੇ ਵਾਲਾ ਬਦਮਾਸ਼ ਆ ਯਾਰ, ਤੈਨੂੰ ਪਤਾ ਸੀ ਬਿਆਨਾ ਦੇਣ ਆਏ ਆ ਭਰਾਵਾ? ਭਾਜੀ ਜਦੋਂ ਸਾਨੂੰ ਬਿਆਨਾ ਮਿਲਣਾ ਵਾ, ਸਾਰਾ ਕੁਛ ਤੁਹਾਨੂੰ ਹੀ ਦੇਣਾ ਅਸੀਂ। ਇਹਦਾ ਮਤਲਬ ਕੋਈ ਐਡਵਾਂਸ ਬਾਜ਼ੀ ਨਹੀਂ ਕਰਨੀ? ਨਹੀਂ ਨਹੀਂ, ਐਡਵਾਂਸ ਬਾਜ਼ੀ ਤੁਹਾਨੂੰ ਟਕੋਰ ਜੋਗੇ ਦੇ ਕੇ ਜਾਵਾਂਗੇ। ਓਏ ਕਿਹੜੀਆਂ ਟਕੋਰਾ, ਕੀ ਕੱਚੀਆਂ ਗੱਲਾਂ ਪਿਆ ਕਰਦਾ ਹੈ ਮੁੰਡਿਆ। ਓਏ ਬੈਠ ਇੱਥੇ। ਭਾਜੀ ਮਜਬੂਰੀ ਨਾ ਆਏ ਸੀ ਤੁਹਾਡੇ ਕੋਲ। ਓਏ ਮਜਬੂਰੀ ਨਾ ਆਉਂਦਾ, ਜੱਫੀ ਪਾਉਣ ਤੇ ਮੈਨੂੰ ਕੋਈ ਵੀ ਨਹੀਂ ਆਉਂਦਾ ਇੱਥੇ। ਹਰ ਬੰਦਾ ਮਜਬੂਰੀ ਨਾਲ ਹੀ ਆਉਂਦਾ ਈ, ਤੇ ਅਸੀਂ ਹਰ ਕਿਸੇ ਦੀ ਮਜਬੂਰੀ ਦੂਰ ਕਰਕੇ ਉਹਨੂੰ ਦੂਰ ਕਰ ਦਈਦਾ। ਭਾਜੀ ਇਹ ਲੱਤ ਲੜਾਈ ਚ ਕੱਟੀ ਗਈ ਤੇ ਬਚਪਨ ਚ ਪੋਲੀਆ ਹੋਇਆ ਸੀ ਤੁਹਾਨੂੰ? ਓਏ ਅਸਲ ਦੇ ਵਿੱਚ ਸਾਡੀ ਉੱਥੇ ਲੜਾਈ ਹੋ ਗਈ ਸੀ ਫਰੂਟ ਮੰਡੀ। ਓ ਜਦੋਂ ਦੁਸ਼ਮਣਾਂ ਦੀ ਅੰਬਾਰ ਚੜੀ ਤੇ ਸਾਡੀ ਗੰਨ ਚੋਂ ਗੋਲੀਆਂ ਖਤਮ ਹੋ ਗਈਆਂ। ਓ ਜਦੋਂ ਮੈਂ ਉੱਥੋਂ ਉਹਨਾਂ ਨਾਲ ਭੱਜਣ ਲੱਗਾ ਤੇ ਕੇਲੇ ਤੋਂ ਪੈਰ ਸਲਿਪ ਹੋਇਆ। ਭਲੀਏ ਝੂਠ ਬੋਲਦੇ, ਇਹ ਲੜਾਈ ਪੋਲੀਓ ਵਾਲੀ ਆ, ਲੜਾਈ ਵਾਲੀ ਲੱਤ ਹੀ ਨਹੀਂ ਹੈਗੀ ਇਹ। ਓ ਕੇਲੇ ਤੋਂ ਭੈਣ ਮੇਰੀਏ ਪੈਰ ਸਲਿਪ ਹੋਇਆ ਤੇ ਲੱਤ ਥੋੜੀ ਜਿਹੀ ਟਰਨ ਮਾਰ ਗਈ ਏ। ਤੁਸੀਂ ਵੀ ਕਾਲੇ ਦੇ ਵਿੱਚ ਛਿੱਲੜ ਵੱਲ ਨੂੰ ਤੁਰ ਪਏ ਨਾ। ਓਏ ਭੱਜਦੇ ਆ ਪੈਰ ਥੱਲੇ ਆਇਆ ਜਵਾਨਾ, ਭੱਜਦੇ ਆ ਹੋਇਆ। ਅੱਛਾ ਭਾਜੀ ਹੁਣ ਗੱਲ ਇਸ ਤਰ੍ਹਾਂ ਵਾ ਕਿ ਸਾਡੇ ਕੋਲ ਨਾ 10 ਕਮਰਲੇ ਜਗ੍ਹਾ ਵਾ ਤੇ ਬਹੁਤ ਆ, ਦੋ ਜਾਣਿਆਂ ਨੂੰ ਮਰਨ ਲੱਗੇ ਵੀ ਤੁਸੀਂ ਥੋੜੀ ਜਿਹੀ ਮਲਣੀ ਆ। ਉਹ ਸਾਡੀ ਸੈਟਿੰਗ ਨਾ ਕਰਾ, ਅਸੀਂ ਤੈਨੂੰ ਦੱਸਿਆ 10 ਮਰਲੇ ਜਗ੍ਹਾ ਵਾ, ਇਹਨੂੰ ਸਮਝਾ। ਮੈਂ ਕਿਹਾ ਭਾ ਲੰਗੜੇ, ਗੱਲ ਇਸ ਤਰ੍ਹਾਂ ਵਾ ਕਿ ਸਾਡਾ ਨਾ 10 ਮਰਲੇ ਦਾ ਪਲਾਟ ਆ ਤੇ ਉਹਦੇ ਉੱਤੇ ਨਾ ਰਾਕਾ ਬਦਮਾਸ਼ ਜਿਹੜਾ ਨਾ ਉਹਨੇ ਕਬਜ਼ਾ ਕਰ ਲਿਆ ਹੈ। ਓਏ ਉਹਦੀ ਇਹ ਜ਼ਰੂਰਤ, ਸਾਡੇ ਹੁੰਦਿਆਂ ਕਿਸੇ ਨੇ ਕਬਜ਼ਾ ਕੀਤਾ ਹੋਵੇ? ਇਹੀ ਗੱਲ ਉਹਨੇ ਕਹੀ ਆ। ਹਾਂ ਮੈਂ ਕਿਹਾ ਮੈਂ ਕਬਜ਼ਾ ਛੁਡਾ ਕੇ ਤੈਨੂੰ ਦਿਖਾਉਂਗਾ, ਮੈਂ ਲੰਗੜੇ ਬਦਮਾਸ਼ ਕੋ ਚੱਲਾਂ, ਉਹਨੇ ਵੀ ਇਹੀ ਕਿਹਾ ਕਿ ਉਹਦੀ ਇਹ ਜ਼ਰੂਰਤ। ਓਏ ਅਸੀਂ ਤਾਂ ਬੜੇ ਬੜੇ ਕਬਜ਼ੇ ਲੈ ਦਿੱਤੇ ਨੇ। ਅੱਛਾ ਜੀ, ਸਾਡਾ ਤਾਂ ਪਲਾਟ ਹੀ 10 ਮਰਲੇ ਦਾ। ਹਾਂਜੀ ਹਾਂਜੀ। ਓਏ ਅਸੀਂ ਤਾਂ 10-10 ਵਿਘਿਆਂ ਦਾ ਲੈ ਦਿੱਤਾ ਕਬਜ਼ਾ ਮੁੰਡਿਆ।
ਲਾਸ਼ਾਂ ਦੇ ਅੰਬਾਰ ਬੁਲਾਤੇ ਨੇ ਸਾਹ ਜੀ, ਉਹ ਵੀ ਬੜਾ ਵੱਡਾ ਬਦਮਾਸ਼ ਆ। ਓਏ ਵੱਡਾ ਤੇ ਟੋਟੇ ਕਰਕੇ ਇੰਨਾ ਕੁ ਕਰ ਦਿਆਂਗਾ ਭਾਜੀ, ਉਹਦੇ ਜਿੰਨੇ ਮਰਜ਼ੀ ਟੋਟੇ ਕਰ ਲਓ ਤੁਸੀਂ, ਉਹ ਢੇਰ ਲੱਗ ਜਾਣਾ। ਓ ਢੇਰ ਹੀ ਤੇ ਲਾਏ ਨੇ ਸਦਾ, ਉਸੇ ਪਲੋਟ ਚ ਦੱਬਾਂਗਾ ਉਹਨੂੰ। ਮੈਂ ਕਿਹਾ ਭਾ ਲੰਗੜੇ, ਤੇਰੀਆਂ ਬੜੀਆਂ ਦਾਸਤਾਨਾਂ ਸੁਣੀਆਂ ਨੇ ਕਿ ਤੂੰ ਪਿੰਡ ਵਿੱਚ ਸਾਰਿਆਂ ਦੇ ਕੰਮ ਆਇਆ, ਤੇ ਅਸੀਂ ਪਹਿਲੀ ਦਫਾ ਤੇਰੇ ਕੋਲ ਆਪਣੇ ਕੰਮ ਆਇਆ, ਤੇ ਸਾਡਾ ਕੰਮ ਤੇ ਘਰ ਦੇ। ਓਏ ਕੰਮ ਤੇ ਅਸੀਂ ਸਾਰਿਆਂ ਦੇ ਹੀ ਕਰ ਦਿੱਤੇ ਨੇ। ਆਇਆ ਪਿੰਡ ਦੀ ਮਾਈ ਸ਼ੀਫੋ ਜਾਣਦੇ ਜੇ? ਹਾਂ ਹਾਂ, ਖਾਲਾ ਸ਼ੀਫਾ। ਓਏ ਉਹਦਾ ਜਵਾਈ ਉਹਦੀ ਕੁੜੀ ਨੂੰ ਬੜਾ ਤੰਗ ਕਰਦਾ ਸੀ। ਹਾਂ ਕਰਦਾ ਸੀ। ਬਸ ਇੱਕੋ ਹੀ ਗੇੜਾ ਲਾਇਆ ਉਹਦੇ ਮੁਹੱਲੇ ਦੇ ਵਿੱਚ, ਨਾ ਉਹਦੀ ਜਵਾਈ ਦੀ ਆਵਾਜ਼ ਆਈ ਆ ਤੇ ਨਾ ਉਸ ਮਾਈ ਦੀ ਆਵਾਜ਼ ਆਈ ਏ। ਮੈਂ ਕਿਹਾ ਪਾ ਲੰਗੜੇ, ਜਦੋਂ ਇਹਨੂੰ ਫੋਨ ਆਉਂਦਾ ਨਾ ਬਦਮਾਸ਼ ਦਾ, ਰਾਕੇ ਬਦਮਾਸ਼ ਦਾ, ਤੇ ਦੋ ਦਿਨ ਸਾਨੂੰ ਭੁੱਖ ਹੀ ਨਹੀਂ ਲੱਗਦੀ, ਅਸੀਂ ਸਹਿਮ ਜਾਂਦੇ ਆ ਦੋਵੇਂ। ਛੋਟੇ ਛੋਟੇ ਬੱਚੇ, ਯਕੀਨ ਮੰਨੋ ਬੱਚੇ ਵੀ ਸਹਿਮ ਜਾਂਦੇ। ਇੱਕ ਫੋਨ ਕਰਦਾ ਵਾ, ਤਿੰਨ ਤਿੰਨ ਚਾਰ ਚਾਰ ਦਿਨ ਸੜੀਆਂ ਰੋਟੀਆਂ ਛੁੱਟ ਜਾਂਦੀਆਂ। ਓਏ ਜਿੰਨੇ ਮਰਜ਼ੀ ਫੋਨ ਕਰੇ, ਫੋਨ ਹੀ ਨਹੀਂ ਤੁਹਾਡੇ ਤੱਕ ਪਹੁੰਚੇਗਾ, ਸਿਮ ਕੱਢ ਦੇਵਾਂਗੇ ਅਸੀਂ। ਉਹਦੀ ਜ਼ਰੂਰਤ ਹੀ ਨਹੀਂ, ਨਾ ਉਹ ਫੋਨ ਕਰੇਗਾ ਨਾ ਤੁਹਾਡੇ ਤੱਕ ਪਹੁੰਚੇਗਾ। ਭਾਜੀ ਉਹਦੇ ਵਾਕੇ ਬੜੇ ਮਸ਼ਹੂਰ ਹੈਗੇ ਆ, ਉਹ ਤਾਂ ਹਾਂ ਸਾਡੇ ਨਾਲੋਂ ਵਾਕੇ ਆ ਬਹੁਤੇ ਮਸ਼ਹੂਰ ਨਹੀਂ ਕਿਸੇ ਦੇ ਵੀ। ਤੁਹਾਡਾ ਕਿਹੜਾ ਵਾ? ਓਏ ਅਸੀਂ ਤੇ ਇੱਥੇ ਲਾਰੀ ਅੱਡੇ ਔਰਤਾਂ ਨੂੰ ਬੰਦੇ ਤੰਗ ਕਰਦੇ ਸੀ। ਅੱਛਾ। ਓਏ ਕਮਾ ਕਮਾ ਸੁੱਟੇ ਆ ਗੰਦੇ ਲੇਲਿਆਂ ਤਰ੍ਹਾਂ ਬੱਸਾਂ 'ਚੋਂ ਅਸੀਂ, ਤੁਹਾਡਾ ਤੇ ਕੰਮ ਹੀ ਕੁਛ ਨਹੀਂ ਗਾ। ਬਦਮਾਸ਼ ਬੜਾ ਮੈਨੂੰ ਫੋਕਾ ਜਿਹਾ ਲੱਗਣ ਡਿਆ। ਨਹੀਂ ਫੋਕਾ ਲੱਗਣ ਡਿਆ, ਮੈਂ ਕਹ ਰਾ ਕਾ ਬਦਮਾਸ਼, ਉਹਦਾ ਨਾਂ ਬੜਾ ਜੇ। ਓਏ ਮਟਾ ਦੇਵਾਂਗੇ ਉਹਦਾ ਨਾਂ, ਆ ਨਾ ਸਿਰਾਂ ਲੰਗੜੇ ਦਾ ਹੀ ਆ। ਭਾਜੀ ਬੈਲੈਂਸ ਨਹੀਂ ਸਹੀ ਤੁਹਾਡਾ। ਓਏ ਗੱਲ ਸੁਣੋ ਮੇਰੀ। ਹਾਂਜੀ। ਆ ਤੇਰਾ ਪਹਿਲਾ ਕੰਮ ਮੈਂ ਸਿਰਫ ਭਰਜਾਈ ਦੀ ਵਜ੍ਹਾ ਤੋਂ ਕਰ ਰਿਹਾ, ਐਡਵਾਂਸ ਤੋਂ ਬਗੈਰ, ਨਹੀਂ ਤੇ ਪਹਿਲਾਂ ਦੱਥੂ ਲਈਦੇ ਨੇ ਦੱਥੂ, ਤੇ ਫਿਰ ਤੁਰੀ ਦਾ ਨਾਲ ਬੱਚੇ। ਭਾਜੀ ਹੁਣ ਉੱਥੇ ਬਕੂਆ ਕਿੱਦਾਂ ਪਾਉਣਾ ਇਹ ਦੱਸੋ। ਓਏ ਬਕੂਆ ਕੀ ਪਾਉਣਾ ਏ, ਉਹ ਜਦੋਂ ਵੀ ਕਬਜ਼ੇ ਤੇ ਖੜਾ ਹੋਏਗਾ ਤੁਸੀਂ ਮੈਨੂੰ ਦੱਸਣਾ, ਓਏ ਜਾ ਕੇ ਉਹਨੂੰ ਮੈਂ ਟੇਰ ਕਰ ਦਿਆਂਗਾ। ਭਾਜੀ ਉੱਚੇ ਨੀਵੇਂ, ਉਹ ਬਦਮਾਸ਼ ਖੜਾ ਵਾ ਉੱਥੇ। ਬਦਮਾਸ਼ ਭਾਰਾ ਏ ਪਾ ਲੰਗੜੇ। ਓਏ ਭਾਰਾ ਕੀ, ਅਸੀਂ ਉਹਨੂੰ ਕਿਹੜਾ ਤੋਲ ਤੋਲ ਵੱਢਣਾ ਏ, ਇੱਕ ਹੀ ਵਜੀ ਨਾ ਪੁੜਬੜੀ ਚ ਲੰਗੜੇ ਦੀ ਦੂਜੀ ਲੱਤ, ਤੇ ਆ ਢੇਰ ਹੋ ਜਾਣਾ ਈ ਉਸ ਬਦਮਾਸ਼ ਨੇ। ਦੂਜੀ ਵਜਣੀ, ਪਹਿਲੀ ਤਾਂ ਹਿਲਦੀ ਨੀ। ਓਏ ਕਾਕੇ ਬੱਲੂ ਨਾ ਨਾ ਕਰੇ, ਇਹ ਨਾ ਹੋਵੇ ਜਿਹੜਾ ਪਲੱਟ ਦਾ ਕਬਜ਼ਾ ਲੈਣ ਆਇਆ ਤੂੰ ਉਹਦੇ ਕਾਬਲ ਹੀ ਨਾ ਰਵੇ। ਨਾ ਬੱਚੂ ਪਾ ਲੰਗੜੇ, ਸਾਡੇ ਪੂਰੇ ਮੁਹੱਲੇ ਦੇ ਬੱਚੇ ਰਾ ਕੇ ਬਦਮਾਸ਼ ਤੇ ਨਾ ਤੋਂ ਡਰਦੇ ਨੇ। ਓ ਬੱਚੇ ਡਰਦੇ ਨੇ ਬੀਬੀ, ਇਹ ਲੰਗੜ ਬਦਮਾਸ਼ ਨਹੀਂ ਡਰਦਾ। ਆ ਜਿੱਥੇ ਸਾਡੀ ਲੱਤ ਘੁੰਮਦੀ ਏ ਉੱਥੇ ਲਾਸ਼ਾਂ ਉੱਡਦੀਆਂ ਨੇ, ਲਾਸ਼ਾਂ। ਗੁੱਡੇ ਉਡਾਉਣ ਲੱਗ ਪਿਆ ਲਾਸ਼ਾਂ, ਮੈਂ ਕਿਹਾ ਗੁੱਡੇ ਇੰਜ ਕਰਕੇ ਉਡਾਈ। ਤੂੰ ਗੱਲ ਤੇ ਸੁਣ ਉਹਦੀ, 10 ਮਰਲੇ ਦਾ ਪਲਾਟ। ਹਾਂਜੀ ਭਾਜੀ। 1,00,000 ਰੁਪਇਆ ਲਵਾਂਗਾ ਤੁਹਾਡੇ ਕੋਲੋਂ। 1 ਮਰਲੇ ਦਾ ਜੀ? ਆ ਨਹੀਂ, ਆ 10 ਮਰਲਿਆਂ ਦਾ ਹੀ ਲੱਖ ਦੇ ਦਿਓ। ਆ ਤਾਂ ਬੜਾ ਵਾਰੇ ਦਾ ਬਦਮਾਸ਼। ਓਏ ਅਸੀਂ ਕੰਮ ਹੀ ਵਾਰੇ ਦਾ ਕਰੇ ਦਾ, ਲਣਦਾ ਉਸ ਦੁਕਾਨਦਾਰੀ ਤੋਂ ਜਿੱਥੋਂ ਗਾਹਕ ਨਾ ਮੁਤਮਿਨ ਹੋ ਗਿਆ ਜਾਵੇ। ਲਓ ਜੀ ਭਾਜੀ, ਤੁਹਾਡੀ ਨਾ ਮੈਨੂੰ ਬਦਮਾਸ਼ੀ ਤੇ 100 ਦੇ ਵਿੱਚੋਂ 25% ਯਕੀਨ ਆ। ਹੁਣ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਮੁਕਾਓ, ਕੀ ਕਰਨਾ? ਓ ਮੁੱਕ ਗਈ ਗੱਲ ਜਦੋਂ ਉਹਦੇ ਜਾ ਕੇ ਮੈਂ ਡਕਰੇ ਕਰਾਂਗਾ। ਜਾ ਕੇ ਕਿੱਥੇ? 1 ਮਿੰਟ ਭਰਾ ਮੇਰੇ ਆ। ਆ ਕੀ ਹੋ ਗਿਆ ਈ, ਖਾਲਾ ਖਾਲਾ, ਓ ਆ ਗਿਆ ਆਰਡਰ, ਹੁਣ ਤੈਨੂੰ ਵੰਡੇ ਦੀ ਬੋਰੀ ਤੇ ਨਾਲ ਇੱਕ ਖਲ ਦੀ ਵੀ ਲੈ ਕੇ ਦੇਣੀ ਏ। ਭਾਜੀ ਆਪਣੇ ਕੋਲ ਖੁਸ਼ੀ ਦਾ ਮੁਕਾਮ ਵੀ ਆ ਘਰ 'ਚ।
ਕੀ ਹੋਇਆ ਮੁੰਡਿਆ? ਧਮਾਲ ਪਾਉਂਦੇ ਫਿਰਦੇ ਤੇਰੀ ਐ? ਓ ਧਮਾਲਾਂ ਤੇ ਅਸੀਂ ਉਹਦੀਆਂ ਪਵਾਵਾਂਗੇ ਜਿਹੜਾ ਤੇਰੇ ਪਲਾਟ ਤੇ ਕਬਜ਼ਾ ਕਰੀ ਬੈਠਾ ਈ। ਹਾਂ ਉਹਦੀ ਜ਼ਿੰਦਗੀ ਦੇ ਆਖਰੀ ਦੇਣਾ ਉਹਨੂੰ ਫੋਨ ਕਰਕੇ ਕਹਿ ਦਿਓ ਕਿ ਸਿਗਰ ਸੁਗਰ ਪੀਣਾ ਤੇ ਪੀ ਪੂ ਲਾ। ਓਏ ਉੱਥੇ ਜਾ ਕੇ ਅਸੀਂ ਉਹਨੂੰ ਭੁੱਲੀ ਪਾ ਦੇਵਾਂਗੇ। ਕਿੱਥੇ ਜਾ ਕੇ? ਓ ਜਿੱਥੇ ਤੁਹਾਡਾ ਪਲਾਟ ਆ 10 ਮਰਲੇ ਦਾ। ਓ ਭਾਜੀ ਜਦੋਂ ਅਸੀਂ ਸਵੇਰ ਉੱਥੋਂ ਨਿਕਲਣ ਲੱਗੇ ਆ ਉਹਨੇ ਸਾਨੂੰ ਨਿਕਲਦੇ ਆ ਦੇਖਿਆ ਵਾ। ਬਕਾਇਦਾ ਉਹਨੇ ਇਹ ਕਿਹਾ ਵਾ ਕਿ ਜਿਹੜਾ ਮਰਜ਼ੀ ਬਦਮਾਸ਼ ਲੈ ਆਇਆ ਤੂੰ, ਮੈਂ ਨਹੀਂ ਕਿਸੇ ਕੋਲ ਵੀ ਡਰਦਾ ਹੈਗਾ। ਓ ਡਰੇਗਾ ਕਦੋਂ ਉਹਨੇ ਸਾਡੇ ਕੋਲੋਂ ਕੀ ਡਰਨਾ? ਓ ਕਦੀ ਲਾਸ਼ਾਂ ਵੀ ਡਰੀਆਂ ਨੇ ਭਾਜੀ? ਖਲੋਤੇ ਦੇ ਸਾਹ ਖਿੱਚ ਲਾਂਗਾ ਸਾਹ। ਭਾਜੀ ਤੇ ਦੱਸ ਕਤਲ ਕਿੰਨੇ ਕੀਤੇ? ਤੁਸੀਂ ਉਹਦੇ ਸਾਹ ਕੀ ਖਿੱਚਣੇ, ਸਾਡੇ ਆਪਣੇ ਸਾਹ ਮੁੱਕੇ ਪਏ ਆ। ਹੁਣ ਤਾਂ 20 ਕਤਲ ਕਰਕੇ ਉਹ ਜੇਲੋਂ ਆਇਆ ਵਾ। ਇਹ ਕਦੋਂ ਦੀ ਗੱਲ ਏ? ਆ ਤਕਰੀਬਨ ਸਾਲ ਹੋਇਆ ਵਾ। ਇਹ ਪਹਿਲੋਂ ਦੱਸਿਆ ਹੀ ਨਹੀਂ ਕਿ ਉਹਨੇ ਵੀ 20 ਕਤਲ ਕੀਤੇ ਆ। ਭਾਜੀ 20 ਕਤਲ ਤਾਂ ਉਹਨੇ ਜਿਹੜੇ ਇਹ ਤਾਂ ਕੀਤੇ ਨਾ ਲੜਾਈ ਦੇ ਵਿੱਚ, ਤੇ ਜਿਹੜੇ ਉਹਨੇ ਚੌਂਕਾਂ 'ਚ ਬਹਿ ਕੇ ਬੰਦੇ ਦੀਆਂ ਲੱਤਾਂ ਬਾਹਾਂ ਵੱਡੀਆਂ ਇੱਦਾਂ ਦੇ ਤੁਹਾਡੇ ਫਰੇਮ ਵਰਗੇ ਉਹਨੇ ਕਿੰਨੇ ਸਾਰੇ ਕੀਤੇ ਹੋਏ ਆ। ਓਏ ਇਹ ਲੱਤ ਨਹੀਂ ਵੱਢ ਸਕਦਾ ਉਹ। ਕਿਉਂ ਜੀ? ਇਹਦੇ 'ਚ ਸਰੀਆ ਹੀ। ਭਾਜੀ ਉਹ ਮਾੜਾ ਮੋਟਾ ਬਦਮਾਸ਼ ਨਹੀਂ ਹੈਗਾ, ਉਹਦੀ ਡਿੱਗੀ ਦੇ ਵਿੱਚ ਤਾਂ ਗਰੈਂਡਰ ਪਏ ਆ ਕੱਟਣ ਲਈ। ਓਏ ਗਰੈਂਡਰਾਂ ਤੇ ਉਦੋਂ ਹੋਣਗੀਆਂ ਨਾ ਜਦੋਂ ਸਾਡੇ ਡੇਰੇ ਤੇ ਬੱਤੀ ਹੋਏਗੀ। ਓਏ ਬੰਦ ਗਰੈਂਡਰਾਂ 'ਚ ਉਹਦੇ ਟੋਟੇ ਕਰ ਦਿਆਂਗਾ। ਭਾਜੀ ਪੂਰਾ ਇਲਾਕਾ ਸਨਾਟਾ ਪੈ ਜਾਂਦਾ ਜਦੋਂ ਆਪਣੇ ਇਲਾਕੇ 'ਚ ਜਾਂਦਾ ਵਾ, ਉਹ ਬਹੁਤ ਵੱਡਾ ਬਦਮਾਸ਼ ਵਾ। ਓਏ ਸਨਾਟਾ ਕਿਉਂ, ਬਿਜਲੀ ਬੰਦ ਕਰਦਾ ਮਹੱਲੇ ਦੀ? ਨਹੀਂ ਨਹੀਂ ਭਾਜੀ ਉਹ ਆਮ ਰੂਟੀਨ ਦੇ ਵਿੱਚ 40-45 ਪਿਸਤੌਲਾਂ ਤੋਂ ਆਲੇ ਦੁਆਲੇ ਬੰਦੇ ਲੈ ਕੇ ਫਿਰ ਰਹੇ ਹੁੰਦੇ ਆ, ਬੜਾ ਡੇਰੇਦਾਰ ਵਾਲਾ। ਓ ਫਿਰ ਉਹ ਡਰਨ ਵਾਲਾ ਬਦਮਾਸ਼ ਹੀ। ਓ ਬਦਮਾਸ਼ ਉਹਨੂੰ ਹੀ ਕਹਿੰਦੇ ਜਿਹੜਾ ਗਰੀਬਾਂ ਦਾ ਸਾਥ ਦੇਵੇ ਤੇ ਬੱਬਰ ਸ਼ੇਰ ਤਰ੍ਹਾਂ ਇਕੱਲਾ ਹੀ ਫਿਰੇ। ਭਾਜੀ ਉਹਨਾਂ ਕੁਛ ਹੀ ਬੋਲੋ ਜਿੰਨਾ ਕੁ ਬਦਮਾਸ਼ ਨੂੰ ਦੇਖ ਕੇ ਵੀ ਬੋਲ ਲਵੋ। ਓ ਕਿਹੜੇ ਕਿਸੇ ਦੀ ਜ਼ਰੂਰਤ ਨਹੀਂ ਇੱਥੇ ਆਵੇ ਮੇਰੇ ਡੇਰੇ ਤੇ। ਓ ਅਸੀਂ ਘਰ ਜਾ ਕੇ ਲਾਸ਼ ਦੱਬੀ ਦੀ ਅਗਲੇ ਦੀ। ਲੰਗੜਿਆ ਮਜ਼ਾ ਤਾਂ ਵਾ ਜੇ ਸਾਡੀ ਜਗ੍ਹਾ ਛੜਾ ਦੇਵੇ ਉਹਦੇ ਕੋਲ। ਓ ਮਜ਼ੇ ਤੇ ਤੁਹਾਨੂੰ ਆਉਣਗੇ ਜਦੋਂ ਉੱਥੇ 10 ਮਰਲਿਆਂ 'ਚ ਤੇਰੀ ਬੁੱਢੀ ਮੋਰਨੀ ਬਣ ਕੇ ਫਿਰੇਗੀ। ਆ ਹਾ 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 ਲੈ ਫਿਰ ਤੈਨੂੰ ਹੁਣ ਨਾ ਤੈਨੂੰ ਪਿਛਲੀ ਗੱਲ ਮੈਂ ਦੱਸ ਦਿੱਤੀ ਹੈ ਕਿ ਅੱਬਲ ਤਾਂ ਕਿਤੇ ਲੜਨ ਨਹੀਂ ਜਾਂਦਾ, ਤੇ ਜੇ ਉਹ ਕਿਤੇ ਲੜਨ ਜਾਵੇ ਤੇ ਫਿਰ ਉਹ ਕਿਸੇ ਦਾ ਫੱਕਾ ਨਹੀਂ ਛੱਡਦਾ। ਓ ਫੱਕਾ ਤੇ ਤਾਂ ਛੱਡੇਗਾ, ਉਹਦੇ ਹੱਥ ਸਲਾਮਤ ਰਹਿਣਗੇ। ਉਹਦੀ ਜ਼ਿੰਦਗੀ ਦਾ ਐਸਾ ਫੱਕਾ ਮਾਰਾਂਗਾ ਰੂਹੇ ਜ਼ਮੀਨ ਤੋਂ ਉਹਦੇ ਨਾਮੋ ਨਿਸ਼ਾਨ ਮਿਟ ਜਾਏਗਾ। ਲੰਗੜਿਆ ਉਨੀ ਕੁ ਦਲੇਰੀ ਕਰ ਸਾਡੇ ਨਾਲ, ਅਸੀਂ ਤਾਂ ਦੋਵੇਂ ਤੇਰੇ ਤੋਂ ਵੀ ਡਰਨ ਡਏ ਆ, ਪਰ ਉਹਨੇ ਨਹੀਂ ਡਰਨਾ ਡਰਨਾ। ਓਏ ਡਰਾ ਲਾਂਗੇ, ਓਏ ਮਾਰਨ ਵਾਲਿਆਂ ਨੂੰ ਡਰਾਉਣਾ ਨਹੀਂ ਚਾਹੀਦਾ, ਕਿਉਂਕਿ ਗੱਜਣ ਵਾਲੇ ਕਦੀ ਵਸੇ ਨਹੀਂ, ਅਸੀਂ ਪਹਿਲੋਂ ਵਸਾਂਗੇ ਤੇ ਬਾਅਦ ਚ ਗਜਾਂਗੇ। ਭਾਜੀ ਉਹਨੇ ਤੁਹਾਡੇ ਲਾਉਂਦਿਆਂ ਸਾਨੂੰ ਦੇਖ ਲਿਆ ਸੀ। ਹਾਂ ਤੇ ਹੁਣ ਡਾਰੇ ਇਮਲੀ ਕਿਵੇਂ ਜਾਵਾਂ? ਹਾਂ ਤੁਸੀਂ ਲੰਗੜੇ ਦੇ ਡੇਰੇ ਤੇ ਆਏ ਹੋ, ਇੱਥੇ ਆ ਕੇ ਡਰਨ ਦੀ ਲੋੜ ਨਹੀਂ ਬੀਬੀ। ਭਾਜੀ ਅਸੀਂ ਤੁਹਾਨੂੰ ਦੋਵਾਂ ਨੂੰ ਲੜਦਿਆਂ ਨਹੀਂ ਦੇਖ ਸਕਦੇ, ਜੇ ਉਹ ਇੱਥੇ ਆਉ ਦੇਖ ਲਾ। ਮੱਝ ਖੁੱਲ ਗਈ ਮੇਰੀ, ਕੀ ਹੋਇਆ? ਉਹ ਯਾਰ ਆ ਗੱਲ ਸੁਣਨੀ ਮੇਮਣੀ ਏ, ਮੇਰਾ ਕੋਈ ਇਰਾਦਾ ਨਹੀਂ ਸੀ ਤੈਨੂੰ ਆਪਣੇ ਨਾਲ ਲੈ ਕੇ ਆਉਣ ਦਾ, ਪਰ ਤੇਰੇ ਮਾਲਕ ਨੇ ਮੇਰਾ ਰਾਹ ਡੱਕਣ ਦੀ ਕੋਸ਼ਿਸ਼ ਕੀਤੀ ਏ। ਹੁਣ ਤੱਕ ਤੇ ਉਹ ਕਿੰਨੇ ਆਸਮਾਨ ਪਾਰ ਕਰ ਗਿਆ ਹੋਣਾ, ਹੁਣ ਤੈਨੂੰ ਮੇਰੇ ਤੋਂ ਕੋਈ ਨਹੀਂ ਬਚਾ ਸਕਦਾ। ਮੇਰੇ ਪੈਰ ਤਾਂ ਚੜ ਗਈ। ਦੱਸ ਓਏ, ਜਿਹੜਾ ਵਕਤ ਤੇ ਜਿਹੜੀ ਜਗ੍ਹਾ ਤੂੰ ਦੱਸੀ ਉੱਥੇ ਮੈਂ ਪਹੁੰਚ ਗਿਆ, ਦੱਸ ਕਿਹੜਾ ਬਦਮਾਸ਼ ਹੈ ਤੇਰਾ? ਇਮਲੀ
ਰਾਕਾ ਤੇ ਆ ਗਿਆ ਇੱਥੇ। ਉਹ ਬੋਲ ਲਾ ਲੰਗੜੇ ਦੇ ਨਾਲ ਨਾਲ ਗੁੰਗਾ ਵੀ ਹੋ ਗਿਆ ਤੂੰ ਆ ਵਾ। ਓਏ ਇਹਨੂੰ ਇੱਥੇ ਕਿੰਨੇ ਬੁਲਾਇਆ, ਅਸੀਂ ਆਪ ਇਹਦੇ ਕੋਲ ਜਾਣਾ ਸੀ ਭਰਾਵਾ। ਕੀ ਕਰਨ ਆਣਾ ਸੀ ਤੂੰ ਮੇਰੇ ਕੋਲ? ਆ ਮੈਂ ਤੇਰੇ ਨਾਲ ਗੱਲ ਕਰਨੀ ਸੀ ਵੀ ਕਾਹਨੂੰ ਮਸਕੀਨਾਂ ਦਾ ਪਲਾਟ ਤੂੰ ਖੋ ਰਿਹਾ। ਕੀ ਕਹਿ ਰਿਹਾ? ਓਏ ਇਹਨਾਂ ਨੇ ਕਿਹਾ ਵਾ ਮੈਂ ਉਹ ਬੈਠ ਤੇ ਸਹੀ ਭਲਵਾਨਾ। ਜਾ ਇਹਨੂੰ ਕਿੱਲੇ ਨਾਲ ਬੰਨ, ਇਹ ਅੱਜ ਰਾਤ ਦੀ ਮੇਰੀ ਰੋਟੀ ਹੈ। ਆ ਮਹਿਮਾਨ ਤੇਰਾ ਕਹਿਣਾ ਸਾਡੇ ਸਿਰ ਮੱਥੇ ਤੇ। ਕਿਹੜਾ ਲੰਗਰਾ ਬਦਮਾਸ਼ ਆਏ, ਉਹਨਾਂ ਸਹੀ ਚੱਲਣ ਡਿਆ ਹੁਣ। ਓਏ ਤੁਹਾਨੂੰ ਦੋਵਾਂ ਨੂੰ ਮੈਂ ਇੱਕ ਮੋਹਲਤ ਦਿੱਤੀ ਸੀ ਇੱਥੇ ਰੋਈਆ ਇਮਲੀ ਕਿ ਟੈਮੋ ਟੈਮ ਉੱਥੋਂ ਆਪਣੀਆਂ ਚੀਜ਼ਾਂ ਚੱਕੋ। ਤੁਹਾਨੂੰ ਸਮਝ ਨਹੀਂ ਆਈ? ਉਹ ਰੱਖਿਆ ਕੀ ਹੈ? ਮਾੜੇ ਬੰਦੇ ਆ ਯਾਰ, ਕੋਈ ਤਰਸ ਖਾ ਲਾ ਯਾਰ। ਮਾੜੇ ਬੰਦੇ ਆ ਤਰਸ ਖਾ ਲੈ। ਓ ਕਿੱਥੇ ਰਹਿ ਗਿਆ? ਓ ਭਲਵਾਨ ਉੱਠਿਆ ਕਿਉਂ ਤੂੰ? ਡੇਰੇ ਤੇ ਆਇਆ ਬੈਠ ਇੱਥੇ। ਹੁਣ ਦੱਸ ਭਲਵਾਨ। ਓਏ ਤੁਹਾਨੂੰ ਮੈਂ ਦੋਵਾਂ ਨੂੰ ਟਾਈਮ ਦਿੱਤਾ ਹੋਇਆ ਸੀ ਇੱਕ ਹਫ਼ਤੇ ਦਾ ਕਿ ਇੱਕ ਹਫ਼ਤੇ ਦੇ ਵਿੱਚੋਂ ਵਿੱਚੋਂ ਪਿੰਡ ਛੱਡ ਕੇ ਚਲੇ ਜਾਓ। ਤੁਹਾਨੂੰ ਸਮਝ ਨਹੀਂ ਆਈ? ਇਹ ਲੈ ਕੇ ਆਇਆ ਮੈਨੂੰ ਇੱਥੇ। ਇੱਥੇ ਤੇਰੇ ਕੋਲ ਕੀ ਲੈਣ ਆਏ ਨੇ? ਓਏ ਓ ਭਗਵਾਨ ਇਹ ਸਾਡਾ ਡੇਰਾ, ਇੱਥੇ ਲੋਕ ਆਉਂਦੇ ਜਾਂਦੇ, ਤੂੰ ਸਾਡੇ ਸਾਰੀਆਂ ਗੱਲਾਂ ਦੱਸ, ਖਾਣਾ ਪੀਣਾ ਕੀ ਹੋ? ਓਏ ਜਾ ਲੱਸੀ ਤੇ ਦੁੱਧ ਤੇ ਪਾਣੀ ਜੋ ਕੁਛ ਆਈ ਲੈ ਬਾਲਟੀ ਚ ਪਾ ਕੇ। ਓਏ ਮਹਿਮਾਨ ਆਏ ਦੀ ਅਸੀਂ ਖਿਦਮਤ ਕਰੀ ਦੀ ਆ ਸਾਨੂੰ ਤਾਂ। ਓਏ ਬਦਮਾਸ਼ ਅਸੀਂ ਆਪਣੀ ਜਗ੍ਹਾ ਤੇ, ਅਸੀਂ ਇਨਸਾਨ ਵੀ ਨੇਕ ਆ ਪਹਿਲਵਾਨ, ਤੇਰਾ ਇੱਥੇ ਆਉਣਾ ਹੀ ਦੱਸਦਾ ਹੈ ਕਿ ਬੰਦਾ ਜੀਤ ਆ ਰਿਹਾ ਤੂੰ। ਉਹ ਲੰਗੜਿਆ ਤੇਰਾ ਸਾਰਾ ਕਾਇਦਾ ਹੀ ਬਦਲ ਗਿਆ, ਸਾਡੀ ਨਹੀਂ ਸੁਣਨੀ ਹੁਣ ਤੂੰ। ਓਏ ਬੰਦਾ ਜਿਹੜਾ ਜੀਤਦਾਰ ਹੋਵੇ ਲੰਗੜਾ ਉਹਦੇ ਨਾਲ ਕਦੀ ਨਹੀਂ ਉਹ ਲੜਿਆ। ਅੱਛਾ ਜੀ ਸੁਣ ਲਾ। ਓਏ ਤੁਸੀਂ ਦੋਵੇਂ ਦੱਸੋ ਮੈਨੂੰ ਇੱਥੇ ਮੇਰੇ ਕੋਲ ਹੋਵੋ ਤਰਾ। ਸਰਕਾਰ ਕੋਲ ਹੀ ਆ, ਹੁਣ ਤਾਂ ਮੂੰਹ ਚ ਵੜਨ ਲੱਗੇ। ਓਏ ਡਰਦੇ ਤੁਹਾਨੂੰ ਜੇ ਤੁਸੀਂ ਲੰਗੜੇ। ਓਏ ਹੌਲੀ ਬੋਲ ਮੇਰੇ ਕੋਲ। ਹਾਂਜੀ ਉਹਨਾਂ ਨੂੰ ਕਹਿੰਦੇ ਆ ਤੂੰ ਤੇ ਪ੍ਰਾਹੁਣਾ ਸਾਡਾ। ਓਏ ਨੇੜੇ ਹੋ ਜਾ ਕੁਛ ਨਹੀਂ ਹੁੰਦਾ। ਹੁਣ ਦੱਸ ਤੂੰ ਬੜਾ ਕੋਈ ਬਦਮਾਸ਼ ਲੈਣ ਆਇਆ ਸੀ? ਕਿਹੜਾ ਬਦਮਾਸ਼ ਹੈ ਜਿੰਦੀ ਇੰਨੀ ਜੁਰਤ ਕੇ ਰਾਕੇ ਦੇ ਸਾਹਮਣੇ ਆ ਜਾਵੇ? ਭਾਜੀ ਲੈਣ ਤਾਂ ਬਦਮਾਸ਼ ਹੀ ਆਏ ਸੀ, ਉਹ ਵੀ ਅੱਗੋਂ ਕਬੀਲਦਾਰ ਹੀ ਨਿਕਲੇ ਆ। ਓਏ ਲੰਗੜਿਆ ਤੇਰੇ ਕੋਲ ਆਏ ਨੇ? ਓ ਮੇਰੇ ਕੋਲ ਆ ਗਏ ਤੇ ਗੱਲ ਸੁਣਾਉਂਦੇ ਪਏ ਨੇ, ਕਹਿੰਦੇ ਉਹ ਐਡਾ ਮੋਟਾ ਐਡਾ ਤਗੜਾ, ਬੜੀਆਂ ਤੇਰੇ ਖਿਲਾਫ ਗੱਲਾਂ ਕੀਤੀਆਂ ਨਹੀਂ ਮੇਰੇ ਨਾਲ। ਓਏ ਤੇਰੀ ਦੂਜੀ ਲੱਤ ਵੀ ਇਦਾਂ ਦੀ ਹੋ ਜਾਣੀ, ਅਸੀਂ ਭਲਵਾਨ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ। ਓਏ ਫੇਰ ਤੂੰ ਕੀ ਕਿਹਾ ਅਗੋ? ਓ ਮੈਂ ਕਿਹਾ ਆ ਲੈਂਦਾ ਡੇਰੇ ਤੇ ਆਉਂਦਾ ਤੇ ਓਏ ਆਉਂਦੇ ਨੂੰ ਚਾਹ ਪਾਣੀ ਪੁੱਛਾਂਗੇ, ਜੋ ਹਸਬੇ ਤਫੀਕ ਹੋਇਆ ਸਾਡੇ ਕੋਲ। ਕਿੱਡਾ ਝੂਠਾ ਬਦਮਾਸ਼ ਆ ਤੂੰ! ਓਏ ਉਹ ਲੱਖ ਰੁਪਇਆ ਸਾਡੇ ਕੋਲ ਲਾਦੀ ਪ੍ਰੇਸ਼ਨ ਦਾ ਮੰਗਣ ਡਿਆ ਸੀ ਤੂੰ। ਓ ਝੂਠਾ ਮਾਇਆ ਦੇ ਲਾਣ ਤੇ ਤੇਰੀ ਸ਼ਕਲ ਤੇ ਆ, ਝੂਠ ਤੂੰ ਬੋਲਦਾ ਸੀ। ਓਏ ਬਦਮਾਸ਼ ਦੇ ਨਾਲ ਬਦਮਾਸ਼ ਕਦੀ ਨਹੀਂ ਲੜਦਾ। ਰਾਕਾ ਜੀ ਨੇ ਆਪ ਕਿਹਾ, ਕਹਿੰਦਾ ਗੋਲੀ ਤੇ ਨਾਂ ਰਾਕੇ ਦਾ ਲਿਖਿਆ ਵਾ। ਓਏ ਕੀ ਗਿਆ ਤੂੰ? ਓਏ ਜਦੋਂ ਆਪਣੀਆਂ ਰਾਕਾ ਤੂੰ ਗੋਲੀਆਂ ਬਣਾਉਣਾ ਪਿਸਤੌਲਾਂ ਦੀਆਂ, ਤੇਰਾ ਹੀ ਨਾਂ ਲਿਖਿਆ ਹੋਏਗਾ, ਕਿਉਂਕਿ ਬੜੇ ਬੜੇ ਬਦਮਾਸ਼ਾਂ ਨੇ ਅਸਲੇ ਵੀ ਆਪਣੇ ਨਾਂ ਤੇ ਹੀ ਬਣਾਏ ਹੁੰਦੇ ਨੇ। ਕਿੱਡਾ ਬੇਤਰਤੀਬਾ ਜਿਹਾ ਬਦਮਾਸ਼ ਆ ਤੂੰ! ਓਏ ਉਹ ਤੂੰ ਤਾਂ ਕਹਿਣ ਡਿਆ ਸੀ ਛੁਰੀ ਨੇ ਪਹਿਲਾਂ ਕਤਲ ਹੀ ਰਾਕੇ ਦਾ ਕਰਨਾ ਵਾ। ਹੈਂ ਉਹ ਪਹਿਲਵਾਨ, ਉਹ ਛੁਰੀ ਤੇ ਵੈਸੇ ਲਿਆਂਦੀ ਸੀ, ਮੈਂ ਕਿਹਾ ਭਲਵਾਨ ਨੂੰ ਅੰਬ ਸ਼ੰਬ ਕੱਟ ਕੇ ਖਵਾਵਾਂਗੇ। ਓਏ ਅਸੀਂ ਕਿਤੇ ਲੜਨ ਨੂੰ ਥੋੜੀਆਂ ਛੁਰੀਆਂ ਰੱਖੀਆਂ। ਓਏ ਤੇਰੀ ਦੂਜੀ ਲੱਤ ਵੀ ਟੁੱਟ ਜਾਣੀ ਆ, ਭਲਵਾਨ ਨੇ ਆਪ ਕਿਹਾ ਵਾ ਸਾਨੂੰ, ਕਹਿੰਦਾ ਟੋਕਾ ਮੇਰੇ ਦਾਦੇ ਦਾ ਵਾ, ਹੁਣ ਰਾਕੇ ਤੇ ਚੱਲਣਾ ਵਾ। ਇਹ ਵੀ ਕਹਿਤਾ ਰਾਕੇ ਦੇ ਬਾਰੇ ਚ? ਓ ਨਹੀਂ ਪਹਿਲਵਾਨ, ਟੋਕਾ ਤੇ ਹੈਗਾ ਲੇਕਿਨ ਮੱਝਾਂ ਦੇ ਪੱਠੇ ਦੱਥੇ ਨੂੰ ਰੱਖਿਆ। ਭਾਜੀ ਰਾਕਾ ਜੀ ਆ ਚੂਪ ਲਓ, ਕਿਸੇ ਦੀ ਅੱਖ 'ਚ ਨਾ ਮਾਰ ਦਈਓ। ਓਏ ਬਸ ਕਰ, ਓਏ ਬਦਮਾਸ਼ਾਂ ਨੂੰ ਹੁਜਤਾਂ ਨਹੀਂ ਆ ਕਰੀ ਦੀਆਂ। ਓਏ ਝੂਠਿਆ ਬਦਮਾਸ਼ਾ, ਤੂੰ ਤਾਂ ਕਹਿ ਰਿਹਾ ਸੀ ਮੈਂ ਰਾਕੇ ਦੇ ਟੋਟੇ ਹੀ ਇੰਨੇ ਕਰ ਦੇਣੇ ਆ ਕਿ ਜਿਹੜਾ ਕੋਈ ਹਿਸਾਬ ਨਹੀਂ। ਓ ਟੋਟੇ ਰਾਕੇ ਦੇ ਨਹੀਂ ਕਿਹਾ ਸੀ,
ਓਏ ਮੈਂ ਕਿਹਾ ਸੀ ਰਾਕੇ ਵਾਸਤੇ ਕੋਈ ਵੀ ਟੋਟੇ ਲੈਵਾਂਗੇ ਅਸੀਂ। ਦੱਸ ਪਹਿਲਵਾਨ, ਹਦਵਾਣੇ ਦੇ ਟੋਟੇ ਖਾਣੇ ਜਾਂ ਅੰਬ ਦੇ ਟੋਟੇ ਚੁੱਪਣੇ? ਓਏ ਸਾਰੇ ਫਲ ਉਹ ਦੱਸਣ ਨੇ ਜਿਹੜੇ ਸੀਜ਼ਨ ਤੋਂ ਬਾਹਰ ਹੋ ਗਏ ਨੇ, ਲੱਗਦਾ ਤੂੰ ਆਪ ਵੀ ਕਦੇ ਨੀ ਖਾਧੇ। ਓ ਨਹੀਂ ਓ ਪਹਿਲਵਾਨ, ਤੇਰੇ ਵਾਸਤੇ ਅਸੀਂ ਗੋਦਾਮ ਚੋਂ ਲੈ ਕੇ ਆਉਣੇ ਨੇ। ਝੂਠਿਆ, ਤੂੰ ਤਾਂ ਕਹਿੰਦਾ ਸੀ ਮਕਾਨ ਛਡਾਉਣਾ ਮੇਰੀ ਸੱਜੀ ਲੱਤ ਦਾ ਕੰਮ। ਓ ਸੱਜੀ ਦਾ ਹੀ ਕਹਿਣਾ ਏ, ਓਏ ਖੱਬੀ ਲੱਤ ਤੇ ਮੇਰੇ ਆਪਣੇ ਕੰਮ ਨਹੀਂ ਆਉਂਦੀ। ਸੱਜੀ ਲੱਤ ਦੇ ਨਾਲ ਤੂੰ ਮੇਰੇ ਕੋਲੋਂ ਜਾ ਹਾਲੀ ਕਰਾਉਣਾ ਚਾਹੁੰਦਾ ਹੈ? ਓ ਪਹਿਲਵਾਨ ਨਹੀਂ, ਤੈਨੂੰ ਜਾ ਕੇ ਸਿਰਫ ਮਿਲਣਾ ਸੀ, ਇਹ ਤੇ ਚੱਲੇ ਹੋਏ ਪਏ ਨੇ। ਪਹਿਲਵਾਨ ਬਕਵਾਸ ਕਰਦਾ, ਕਹਿੰਦਾ ਮੈਂ ਪਹਿਲਵਾਨ ਦੇ ਟੋਟੇ ਹੀ ਇੰਨੇ ਕਰ ਦੇਣੇ ਕਿ ਕੁੱਤੇ ਖਾਣਗੇ ਉਹਨੂੰ। ਓਏ ਕੀ ਬਕਵਾਸ ਕਰ ਰਿਹਾ ਓਏ? ਓ ਮੈਂ ਨਹੀਂ ਜੀ, ਓ ਇਹ ਗੱਲ ਤੂੰ ਕੀਤੀ ਹੈ? ਓ ਨਹੀਂ ਪਹਿਲਵਾਨ, ਇਹ ਗੱਲ ਅਸੀਂ ਕਿਉਂ ਕਰਨੀ ਹੈ? ਤੂੰ ਤੇ ਸਾਡੇ ਡੇਰੇ ਤੇ ਮਹਿਮਾਨ ਆਇਆ ਜਵਾਨਾ, ਓ ਪਾਗਲ ਹੋ ਗਏ ਜੇ? ਓ ਭਰਾ ਨੂੰ ਭਰਾ ਨਾਲ ਲੜਾਉਣ ਲੱਗੇ ਜੇ? ਓ ਤੂੰ ਲੰਗੜਾ ਬਦਮਾਸ਼ ਆ ਕਿ ਲੰਗੜਾ ਮਾਸ਼ੀਆ ਨਿਕਲ ਆਇਆ ਤੂੰ ਹੁਣ? ਅਜੀਬ ਗੱਲ ਕਰਦੇ ਨੀ ਪਹਿਲਵਾਨ, ਓ ਇਹਨਾਂ ਨੂੰ ਪਤਾ ਨੀ ਮੇਰੀ ਦੂਜੀ ਲੱਤ ਚੰਗੀ ਨੀ ਲੱਗਦੀ। ਓ ਵੇਖ ਤੇ ਸਹੀ ਅਗਲਾ ਕੀ ਲੈ ਕੇ ਆਇਆ। ਓਏ ਪਹਿਲਵਾਨ ਪਹਿਲੋਂ ਮਸਵਾਕ ਕਰ ਲਾ, ਮੈਂ ਤੇਰੇ ਖਾਣ ਪੀਣ ਦਾ ਇੰਤਜ਼ਾਮ ਕਰਾਂ। ਮੈਂ ਕੀ ਬਕਵਾਸ ਕਰ ਰਿਹਾ ਓਏ? ਓ ਮੈਂ ਕਿਹਾ ਜਨਾਬ ਕੋਈ ਕਰੂਲੀ ਸ਼ਰੂਲੀ ਕਰਨੀ ਤੇ ਪਾਣੀ ਲਿਆਵਾਂ ਪਹਿਲਵਾਨ ਵਾਸਤੇ? ਤੈਨੂੰ ਕਹਿ ਲੱਸੀ ਪਾਣੀ ਦਾ ਕੇ ਬੰਦੋਬਸਤ ਕਰ। ਓ ਕੱਲ ਨੂੰ ਮਿਲਣੀ, ਅੱਜ ਤੇ ਆਪ ਨਹੀਂ ਪੀਤੀ ਮੈਂ। ਓ ਕਿਤੇ ਡੇਰੇ ਤੇ ਕੰਮ ਧੰਦੇ ਨੂੰ ਲੱਗਾ ਰਿਹਾ। ਓ ਤੇਰੇ ਕੋਲ ਤੇ ਮੈਂ ਕਿਹਾ ਸੀ ਇੱਕ ਹਫ਼ਤਾ, ਹੁਣ ਤੇਰੇ ਕੋਲ ਅੱਜ ਰਾਤ ਦਾ ਟਾਈਮ। ਸਿਰਫ ਆਪਣਾ ਚੁੱਲੀ ਬਿਸਤਰਾ ਚੁੱਕੋ ਇੱਥੋਂ, ਜਾਂ ਜਿਹੜਾ ਬੇਤਰਤੀਬ ਜਿਹਾ ਜੋੜਾ ਪਿੰਡ ਛੱਡ ਕੇ ਇੱਥੋਂ ਤਿੱਤਰ ਹੋ ਜਾਓ। ਓ ਜਾਗ ਲੰਗੜੇ ਆ, ਜਾਗ ਤੇਰੇ ਸਾਹਮਣੇ ਸਾਨੂੰ ਕਹਿਣ ਡਿਆ ਵਾ। ਓਏ ਜਾਗ ਤੇ ਸਹੀ, ਤੂੰ ਇੱਥੇ ਜਾਗ ਤੇ ਸਹੀ। ਓ ਭਗਵਾਨ ਸਬਰ ਕਰ ਲਾ, ਮੈਂ ਡੇਰੇ ਤੇ ਆਏ ਮਹਿਮਾਨ ਨਾਲ ਕਦੀ ਬੇਤਰਤੀਬੀ ਗੱਲ ਨਹੀਂ ਕੀਤੀ। ਤੇ ਤੂੰ ਇੱਕ ਡੇਰੇ ਤੋਂ ਬਾਹਰ ਚੱਲ ਕੇ ਵੇਖ ਮੇਰੇ ਨਾਲ, ਉੱਥੇ ਵੀ ਮੈਂ ਨਹੀਂ ਉਹ ਕਰਨੀ। ਭਰਾਵਾਂ ਨਾਲ ਕਦੀ ਲੜਾਈ ਸਾਨੂੰ, ਆਹ ਜ਼ਮੀਨ ਤੇ ਇੱਥੇ ਰਹਿ ਜਾਣੀ ਆ, ਲੇਕਿਨ ਸਾਡੇ ਚੋਂ ਇੱਕ ਅੱਧਾ ਨਹੀਂ ਰਹਿਣਾ। ਸਾਡੇ ਦੋਵਾਂ ਚੋਂ ਕਿੰਨੇ ਨਹੀਂ ਬਚਣਾ? ਆ ਭਲਵਾਨ ਮੈਂ ਹੀ ਮਾੜਾ ਵਾਂ, ਉੱਤੋਂ ਲੱਤ ਵੀ ਇੱਕ ਕੰਮ ਕਰਦੀ, ਮੈਂ ਹੀ ਨਹੀਂ ਬਚਣਾ। ਮੈਂ ਉਹ ਯਤੀਮ ਬਦਮਾਸ਼ ਬਣ ਗਿਆ ਹਾਂ। ਸਾਡੇ ਬਦਮਾਸ਼ ਬ੍ਰਦਰ ਨੇ ਤੂੰ ਉਹ ਬਦਤਮੀਜ਼ੀ ਕੀਤੀ ਤੇ ਤੇਰਾ ਮੂੰਹ ਮੈਂ ਦੂਜੇ ਪਾਸੇ ਲਾ ਦੇਣਾ। ਹਜੀ ਆ ਪਹਿਲਵਾਨ, ਲੱਜ ਰੱਖ ਲਈ ਉਹ ਮੇਰੀ ਵੀ ਆ ਕੇ। ਉਹ ਤੂੰ ਸਾਡੀ ਲੱਤ ਵੀ ਨੀ ਰੱਖੀ ਆਣ ਕੇ? ਓਏ ਚਾਹੁੰਦਾ ਕੀ ਆ ਹੁਣ ਤੂੰ? ਚਾਹੁੰਦਾ ਕੀ ਆ ਭਲਵਾਨ ਜੀ, 10 ਮਰਲੇ ਵਾਲੀ ਜਗ੍ਹਾ ਤੇ ਤੁਸੀਂ ਕਬਜ਼ਾ ਕਰ ਲਿਆ, ਅਸੀਂ ਕਿਰਾਏ ਤੇ ਹੋ ਗਏ, ਬੱਚੇ ਉਹ ਸਾਡੇ ਰੁਲ ਗਏ, ਠੀਕ ਆ, ਹੁਣ ਸਾਡੇ ਨਾਲ ਹੋਈ ਤਾਂ ਜ਼ਿਆਦਤੀ ਆ। ਮੁਬਾਰਕ ਹੋਵੇ। ਮੁਬਾਰਕ ਵਾਲੀ ਇਹ 'ਚ ਕਿਹੜੀ ਗੱਲ ਆ ਭਲਵਾਨ ਸਾਹਿਬ, ਆ ਤੁਹਾਡਾ 2 ਮਿੰਟ ਲਈ ਆਜ਼ਾਰ ਚਾਹੀਦਾ ਵਾ। ਕੀ ਕਰਨਾ ਹੀ ਓਏ? ਕਰਨਾ ਕਰਾਉਣਾ ਕੁਛ ਨਹੀਂ, ਇਹਦੀ ਦੂਜੀ ਲੱਤ ਵੀ ਮੈਂ ਉੱਦਾਂ ਦੀ ਕਰ ਦੇਣੀ ਹੁਣ।